ਹਾਂਜੀ ਦੋਸਤੋ ਅੱਜ ਤੁਹਾਨੂੰ ਦੱਸ ਰਿਆਂ ਕਿ ਪਸ਼ੂਆਂ ਦੀ ਫੀਡ ਵਿੱਚ ਕੀ ਕੀ ਚੀਜ਼ਾਂ ਇਸਤੇਮਾਲ ਕਰ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੱਕੀ ਇਹ ਹੈਗੀ ਆ ਮੱਕੀ ਸਾਫ਼ ਸੁਥਰੀ ਮੱਕੀ ਉਸ ਤੋਂ ਬਾਅਦ ਬਾਜਰਾ ਉਸ ਤੋਂ ਬਾਅਦ ਸੋਇਆਬੀਨ ਸੋਇਆਬੀਨ ਤੋਂ ਬਾਅਦ ਚਨਾ ਛਣੇ ਵੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਸਰਸੋਂ ਖਾਲ ਸਰੋਂ ਦੀ ਖਾਲ ਬినੋਲਾ ਖਾਲ ਇਸ ਤੋਂ ਇਲਾਵਾ ਮੂੰਗਫਲੀ ਦੀ ਡੀਓਸੀ ਇਸ ਤੋਂ ਇਲਾਵਾ ਤੁਸੀਂ ਚੋਕਰ ਕਣਕ ਦਾ ਇਸ ਤੋਂ ਇਲਾਵਾ ਤੁਸੀਂ ਡੀਓਸੀ ਇਸ ਤੋਂ ਇਲਾਵਾ ਤੁਸੀਂ ਰਾਈਸ ਪਾਲਿਸ ਤੇ ਸੀਰਾ ਹੋ ਗਿਆ ਨਮਕ ਹੋ ਗਿਆ ਨਮਕ ਤੋਂ ਇਲਾਵਾ ਬਾਈਪਾਸ ਫੈਟ ਹੋ ਗਈ ਇਸ ਤੋਂ ਇਲਾਵਾ ਤੁਸੀਂ ਡੀਸੀਪੀ ਤੇ ਡੀਸੀਪੀ ਤੋਂ ਇਲਾਵਾ ਤੁਸੀਂ ਕਲਸਾਈਡ ਪਾਊਡਰ ਯੂਜ਼ ਕਰ ਸਕਦੇ ਹੋ ਤੇ ਮਿੱਠਾ ਸੋਡਾ ਯੂਜ਼ ਕਰ ਸਕਦੇ ਹੋ ਚਨਾ ਛਿਲਕਾ ਯੂਜ਼ ਕਰ ਸਕਦੇ ਹੋ ਜੋ ਯੂਜ਼ ਕਰ ਸਕਦੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਦੱਸਾਂਗੇ ਨੈਕਸਟ ਵੀਡੀਓ ਚ ਕਿੰਨੇ ਕਿੰਨਾ ਮਸਟਰਡ ਡੀਓਸੀ ਸੋਇਆਬੀਨ ਦੀ ਚੂਰੀ ਚਨਾ ਚੁਰੀ ਯੂਜ਼ ਕਰ ਸਕਦੇ ਹੋ ਤੁਸੀਂ ਸੋਆ ਖਾਲਾ ਸੋਆ ਡੀਓਸੀ ਤੇ ਚੌਲਾਂ ਦੀ ਕਣੀ ਤਾਰਾ ਮੀਰਾ ਹੋ ਗਿਆ ਇਸ ਤੋਂ ਇਲਾਵਾ ਕਣਕ ਯੂਜ਼ ਕਰ ਸਕਦੇ ਹਾਂ ਸਰੋਂ ਯੂਜ਼ ਕਰ ਸਕਦੇ ਹਾਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗਾ ਕਿ ਕਿੰਨਾ ਕਿੰਨਾ ਯੂਜ਼ ਕਰਨਾ ਕਾਟਨ ਸੀਡ ਲਾ ਲੋ ਬినੋਲਾ ਖਾਲ ਗੋੜੀ ਯੂਜ਼ ਕਰ ਸਕਦੇ ਹਾਂ ਤੇ ਮੀਨਰਲ ਮਿਕਸਚਰ ਯੂਜ਼ ਕਰ ਸਕਦੇ ਹੋ ਤੁਸੀਂ ਇਸ ਤੋਂ ਇਲਾਵਾ ਸ਼ੱਕਰ ਯੂਜ਼ ਕਰ ਸਕਦੇ ਹਾਂ ਸਰੋਂ ਦਾ ਤੇਲ ਯੂਜ਼ ਕਰ ਸਕਦੇ ਹਾਂ ਇਸਟ ਯੂਜ਼ ਕਰ ਸਕਦੇ ਹਾਂ ਟੌਕਸਨ ਵੈਂਡਰ ਹੋ ਗਿਆ ਥੈਂਕ ਯੂ ਸੋ ਮੱਚ